ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਹੋਪ ਸਾਰੇ ਘੈਂਟ ਹੋਣਗੇ। ਮਿੱਤਰੋ, ਥੰਬਨੇਲ ਤੋਂ ਸਾਰਿਆਂ ਨੇ ਅੰਦਾਜ਼ਾ ਲਾ ਲਿਆ ਹੋਣਾ ਵੀ ਆਪਾਂ ਕਿਹੜੀ ਚੀਜ਼ 'ਤੇ ਰਿਐਕਸ਼ਨ ਕਰਨਾ। ਅੱਜ ਇਸਦਾ ਰਿਐਕਸ਼ਨ ਹੈਗਾ ਆਪਣਾ ਇੰਦਰ ਗਰੇਵਾਲ ਬਾਈ ਦਾ ਗਾਣਾ ਆਇਆ ਨਵਾਂ, ਟਾਈਟਲ ਤੂੰ ਤੇ ਚਾਹ। ਸਿੰਗਰ ਐਂਡ ਲਿਰਿਕਸ ਇੰਦਰ ਗਰੇਵਾਲ, ਮਿਊਜ਼ਿਕ ਐਂਡ ਮਿਕਸ ਮਾਸਟਰ ਬੈਕਸ ਬੀ। ਅਤੇ ਬਾਕੀ ਸੁਣਦੇ ਹਾਂ, ਫੁੱਲ ਵਿਊ ਚੈੱਕ ਕਰੋ, ਤੁਸੀਂ ਕਰੋ ਆਨੰਦ, ਲਓ ਤੂੰ ਤੇ ਚਾਹ। ਸਟੋਰੀ ਮੈਂ ਥੋੜ੍ਹੀ ਜਿਹੀ ਤੁਹਾਨੂੰ ਦੱਸ ਦਿੰਦਾ ਗਾ। ਸਭ ਤੋਂ ਪਹਿਲਾਂ ਸਟੋਰੀ ਇਹ ਹੈ ਵੀ ਕੁੜੀ ਮੁੰਡੇ ਦੀ ਲਵ ਸਟੋਰੀ ਹੁੰਦੀ ਆ। ਕੁੜੀ ਨੂੰ ਮੁੰਡਾ ਕਹਿੰਦਾ ਹੁੰਦਾ ਵੀ ਮੇਰੀ ਲਾਈਫ ਦੇ ਵਿੱਚ ਦੋ ਚੀਜ਼ਾਂ ਪਹਿਲ ਤੇ ਇੱਥੇ ਨੇ, ਇੱਕ ਤੂੰ ਤੇ ਇੱਕ ਚਾਹ, ਜਿਹਨੂੰ ਮੈਂ ਸਭ ਤੋਂ ਵੱਧ ਲਾਈਕ ਕਰਦਾ। ਚਲੋ ਜੀ, ਇੰਦਰ ਗਰੇਵਾਲ ਪ੍ਰੈਜੈਂਟ, ਲੈਸ ਦੈਨ ਸਟਾਰਟ, ਲੈਸ ਗੋ। ਬਾਕੀ ਵੀਡੀਓ ਦਾ ਕੰਮ ਬਹੁਤ ਸੋਹਣਾ ਹੋਇਆ ਵਿਆ। ਬਾਕੀ ਆਪਾਂ ਦੇਖਦੇ ਹਾਂ ਕੀ ਕੁਛ ਹੋਇਆ ਵਿਆ। 4K ਬਾਈ ਹੋਰਾਂ ਨੇ ਵੀਡੀਓ ਸ਼ੂਟ ਕੀਤਾ, ਵੀਡੀਓ ਬਹੁਤ ਸੋਹਣਾ ਹੋਇਆ ਵਿਆ। ਸਮੂਥ 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 ਸਾਰਾ। ਓਕੇ, ਇਜ਼ਹਾਰ ਤੈਨੂੰ ਬਹੁਤਾ ਕਰਦਾ ਨਹੀਂ, ਕਿਤੇ ਸਮਝੀ ਨਾ ਟਾਈਮ ਪਾਸ ਬਿਲੋ ਤੂੰ, ਆਉਂਦੀ ਨਿੱਤ ਮੇਰੇ ਖਾਬਾਂ ਵਿੱਚ, ਭਾਵੇਂ ਸਾਹਾਂ ਦੇ ਵਿੱਚ ਸਾਹ ਬਿਲੋ ਤੂੰ, ਮਿੱਠੀ ਬਿਲੋ ਚਾਹ ਵਾਂਗੂ, ਲਾਇਆ ਨਸ਼ਾ ਆ ਤੇਰਾ ਪਿਆਰ ਬਿਲੋ, ਮੈਂ ਦਮਾ ਫੈਲ ਦੋ ਚੀਜ਼ਾਂ ਨੂੰ, ਇੱਕ ਤੂੰ ਤੇ ਦੂਜੀ ਚਾਹ ਬਿਲੋ, ਇੱਕ ਤੂੰ ਤੇ ਦੂਜੀ ਚਾਹ। ਕੀ ਬਾਤ ਹੈ ਬਾਬਾ ਯਾਰ! ਇੱਕ ਹੋਰ ਹੈ ਯਾਰ, ਜਿੰਨੇ ਵੀ ਹੁਣ ਨਾ ਆ ਰਹੇ ਨੇ ਨਾ, ਲਾਈਕ ਮੁੰਡੇ ਹੁਣ ਮਤਲਬ ਯੰਗ ਏਜ ਦੇ ਵਿੱਚ ਸਿੰਗਰ ਆ ਰਹੇ ਨੇ, ਤਾਂ ਬਹੁਤ ਸੋਹਣਾ ਕਰਦੇ ਪਏ ਨੇ। ਬਾਕੀ ਸਭ ਤੋਂ ਵੱਧ ਹੋਰ ਘੈਂਟ ਗੱਲ ਲੱਗੀ ਇੰਦਰ ਗਰੇਵਾਲ ਬਾਈ ਦੀ, ਵੀ ਯਾਰ ਜਿਹੜੇ ਹੁਣ ਦੇ ਕਲਾਕਾਰ ਨੇ, ਲਾਈਕ ਉਹ ਵੱਡੇ ਲੇਬਲਾਂ ਦੇ ਨਾਲ ਸਾਈਨ ਕਰਦੇ ਨੇ ਨਾ, ਵੀ ਸਾਡਾ ਗਾਣਾ ਪਾਓ, ਫਿਰ ਪੈਸਾ ਖਰਚ ਰਹੇ ਨੇ। ਪਹਿਲੀ ਆਲਰੇਡੀ ਉਹਨਾਂ ਨੇ ਮਿਊਜ਼ਿਕ 'ਤੇ ਇੰਨਾ ਪੈਸਾ ਖਰਚਿਆ ਹੁੰਦਾ, ਫਿਰ ਵੀਡੀਓ 'ਤੇ ਵੀ। ਪਰ ਬਾਈ ਹੋਰਾਂ ਦਾ ਮੈਨੂੰ ਬਹੁਤ ਘੈਂਟ ਲੱਗਿਆ ਤਰੀਕਾ, ਕਿ ਉਹਨਾਂ ਨੇ ਆਪਣੇ ਲੇਵਲ ਤੋਂ ਕੰਮ ਸਟਾਰਟ ਕੀਤਾ। ਮੈਟਰ ਨਹੀਂ ਕਰਦਾ ਤੁਹਾਨੂੰ ਲੱਖ ਵਿਊ ਆ ਰਿਹਾ ਕਿੰਨਾ ਆ ਰਿਹਾ, ਹੌਲੀ 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 ਤੁਹਾਡਾ ਲੇਬਲ ਇੱਕ ਅੱਛੇ ਤਰੀਕੇ ਨਾਲ ਅੱਗੇ ਵਧੇਗਾ, ਅਤੇ ਤੁਹਾਡਾ ਉਹ ਪੈਸਾ, ਉਹ ਟਾਈਮ ਅਤੇ ਉਹ ਫੁੱਦੂ ਲਾਉਂਦੇ ਨੇ ਜਿਹੜੇ ਵੱਡੇ ਲੇਵਲ ਵਾਲੇ ਬੰਦੇ ਨੂੰ, ਉਹ ਨਹੀਂ ਲੱਗੇਗਾ। ਵਧੀਆ ਤਰੀਕਾ ਯਾਰ, ਬਹੁਤ ਸੋਹਣਾ ਕੰਮ। ਬਾਕੀ ਵੀਡੀਓ ਬਹੁਤ ਘੈਂਟ ਬਣੀ ਆ, ਮੈਨੂੰ ਸ਼ੁਰੂ ਤੋਂ ਪਤਾ ਲੱਗ ਗਿਆ। ਅੱਗੇ ਸੁਣੋ, ਅੱਗੇ ਚੈੱਕ ਕਰਿਓ। ਗੱਡੀ ਕਿਹੜੀ ਆ ਇਹ? ਜਾਪੇ ਮਹਿਲਾਂ ਦੀ ਪਾਇਆ ਹੁਸਨਾ ਵਾਲਾ ਖੈਰ ਬਿਲੋ ਤੂੰ, ਹੱਥ ਫੜੀ ਬਸ ਮੇਰਾ ਨੀ ਖੜ ਵੇਖੂ ਤੇਰਾ ਸ਼ਹਿਰ ਬਿਲੋ, ਉਮਰਾਂ ਲਈ ਝੋਲੀ ਪੈ ਜਾਵੀਂ ਪੂਰੇ ਕਰਦੀ ਸਾਰੇ ਚਾਹ ਬਿਲੋ, ਮੈਂ ਦਮਾ ਫੈਲ ਦੋ ਚੀਜ਼ਾਂ ਨੂੰ, ਇੱਕ ਤੂੰ ਤੇ ਦੂਜੀ ਚਾਹ। ਬਾਕੀ ਪੰਜਾਬੀਆਂ ਦੀ ਸਾਡੀ ਚਾਹ ਜਿਹੜੀ ਉਹ ਬੈਸਟ ਆ, ਕਹਿੰਦੇ ਦਾਰੂ ਤਾਂ ਨਾਲ ਜੱਟ ਦੇ ਸਿਵਿਆਂ ਤੱਕ ਜਾਊਗੀ, ਇੱਕ ਦਾਰੂ ਦੈਨ ਦੂਸਰੀ ਪੰਜਾਬੀਆਂ ਦੀ ਜਿਹੜੀ ਲੱਗ ਗਈ ਉਹ ਨਸ਼ਾ ਚਾਹ। ਦਾਰੂ ਵੈਸੇ ਮਾੜੀ ਆ, ਚਾਹ ਵੀ ਮਾੜੀ ਹੈ ਸਿਹਤ ਲਈ, ਪਰ ਜਿਹੜੀ ਪੰਜਾਬੀਆਂ ਦੀ ਸਭ ਤੋਂ ਜ਼ਿਆਦਾ ਔੜਕ ਆ ਨਾ, ਚਾਹ ਦਾ ਲੱਗਦਾ ਉਹ ਸਭ ਤੋਂ ਭੈੜਾ ਗਾ, ਚਾਹ ਨਹੀਂ ਬੰਦੇ ਸਾਡੇ ਪੰਜਾਬੀ ਛੱਡ ਸਕਦੇ। ਉਹੀ ਔੜਕ ਆ ਬਾਈ ਨੇ ਦੱਸਿਆ, ਲਾਈਕ ਜਿਵੇਂ ਗਾਣਿਆਂ ਦੇ ਵਿੱਚ ਨਸ਼ੇ ਨੂੰ ਦੇਖਦੇ ਨੇ ਨਾ ਆਪਾਂ, ਸੁਣਦੇ ਹੁੰਦੇ ਹਾਂ, ਉਵੇਂ ਬਾਈ ਕਹਿੰਦਾ ਵੀ ਜਿਵੇਂ ਮੈਨੂੰ ਚਾਹ ਦਾ ਔੜਕ ਆ, ਉਦਾਂ ਹੀ ਮੈਨੂੰ ਤੇਰਾ ਔੜਕ ਆ, ਅਗਰ ਮੈਂ ਚਾਹ ਤੇ ਤੈਨੂੰ ਨਹੀਂ ਛੱਡ ਸਕਦਾ ਯਾਰ। ਵੀਡੀਓ ਬਹੁਤ ਸੋਹਣੀ ਹੋਈ ਹੈ। ਕੋ ਸਾਡੇ ਹੋ ਗਏ ਆ ਜਿਹੜੇ ਵੱਖ ਸੀ ਪਹਿਲਾਂ ਰਾਹ ਬਿਲੋ, ਫਿਰ ਬਹਿ ਕੇ ਇਕੱਠਿਆਂ ਪੀਵਾਂਗੇ ਵੱਧ ਮਿੱਠਾ ਪਾ ਕੇ ਚਾਹ ਬਿਲੋ, ਇੰਦਰ ਤੇ ਹੱਕ ਤੇਰਾ ਹੋ ਗਿਆ ਏ ਹੁਣ, ਦੱਸ ਕਦੀ ਪਰਵਾਹ, ਮੈਂ ਦਮਾ ਫੈਲ ਦੋ ਚੀਜ਼ਾਂ ਨੂੰ, ਇੱਕ ਤੂੰ ਤੇ ਦੂਜੀ ਚਾਹ ਬਿਲੋ, ਇੱਕ ਤੂੰ ਤੇ ਦੂਜੀ ਚਾਹ ਬਿਲੋ,
ਬਹਿ ਕੇ ਦੁੱਖ ਦੱਸੀ, ਸ਼ਾਇਦ ਕੋਈ ਦੂਜਾ ਰਾਹ ਬਣ ਜੇ। ਓਏ ਬਹੁਤਾ ਟਾਈਮ ਤਾਂ ਲੱਗਣਾ ਨੀ, ਨਾਲੇ ਇੰਨੇ ਵਿੱਚ ਹੀ ਚਾਹ ਬਣ ਜੇ। ਮੈਂ ਪੂਰੇ ਤੇਰੇ ਕਰਨੇ ਆ, ਜੋ ਰਹਿੰਦੇ ਤੇਰੇ ਖਾ ਬਿਲੋ, ਕਿਉਂਕਿ ਮੈਂ ਦਮਾ ਪਹਿਲ ਦੋ ਚੀਜ਼ਾਂ, ਇੱਕ ਤੂੰ ਤੇ ਦੂਜੀ ਚਾਹ ਬਿਲੋ, ਇੱਕ ਤੂੰ ਤੇ ਦੂਜੀ ਚਾਹ ਬਿਲੋ। ਯਾਰ ਬਾਕੀ ਤੂੰ ਤੇ ਚਾਹ ਰਿਐਲਿਟੀ ਦੇ ਵਿੱਚ ਬਾਈ ਨੇ ਪੇਸ਼ ਕੀਤਾ ਵੀ ਯਾਰ ਜਿਹੜਾ ਚਾਹ ਦਾ ਔਡ ਕਰਨਾ ਫਿਰ ਉਹ ਔਖਾ ਹੀ ਹੈ ਯਾਰ, ਉਹੀ ਬਾਈ ਨੇ ਕੰਪੈਰੀਜ਼ਨ ਕਰਤਾ ਲਾਈਕ।